ਗੱਲ ਕਰਾਂਗੇ ਜਲਾਲਾਬਾਦ ਹਲਕੇ ਤੋਂ ਵਿਧਾਇਕ ਚੁਣੇ ਗਏ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਹਰਾਇਆ ਸਭ ਤੋਂ ਵੱਧ ਤਿੱਖਾ ਵਾਰ ਰਾਜਾ ਵੜਿੰਗ ਕਰਦੇ ਆ ਕਹਿੰਦੇ ਸਭ ਕੁਝ ਸੂਚੀਆਂ ਵਿੱਚ ਹੈ ਪਰ ਦੂਜੇ ਪਾਸੇ ਲਾਅ ਐਂਡ ਆਰਡਰ ਵਿਗੜ ਗਿਆ ਇਹ ਸਾਰਾ ਕੁਝ ਝੂਠਾ ਪ੍ਰਚਾਰ ਹੈ ਇਸ਼ਤਿਆਰबाजी ਤੇ ਕਰੋੜਾਂ ਰੁਪਏ ਲਾਤੇ ਆ ਆਮ ਆਦਮੀ ਪਾਰਟੀ ਨੇ ਨਹੀਂ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ 5 ਸਾਲ ਤੁਸੀਂ ਕੀ ਕਰ ਰਹੇ ਸੀ ਤਾਂ ਤਿੰਨ ਮਹੀਨੇ 'ਚ ਬਹੁਤ ਕੁਝ ਕਰਤਾ ਤੁਹਾਡੇ ਤੇ ਇਲਜ਼ਾਮ ਲੱਗਦਾ ਹੈ ਪਾਰਟੀ ਦੇ ਉੱਤੇ ਸਰਕਾਰ ਦੇ ਉੱਤੇ ਕਿ ਗੈਂਗਵਾਰ ਬਣ ਗਿਆ ਪੰਜਾਬ ਇਸ ਤਰ੍ਹਾਂ ਦਾ ਮਾਹੌਲ ਪਹਿਲਾਂ ਨਹੀਂ ਸੀ ਸੁਖਬੀਰ ਸਿੰਘ ਬਾਦਲ ਦੇ ਸ਼ਬਦ ਸਾਰੀ ਜ਼ਿੰਦਗੀ ਪੰਥ ਦੇ ਨਾਂ ਤੇ ਰਾਜਨੀਤੀ ਕੀਤੀ ਹੈ ਠੱਗ ਪਰਿਵਾਰ ਨੇ ਕਦੇ ਕੁਝ ਕਰਿਆ ਜਿਹੜੇ ਗੈਂਗਵਾਰ ਦੀ ਗੱਲ ਕਰਦੇ ਇਹ ਲੈ ਕੇ ਆ ਸੀ ਇਹ ਇਹ ਹੀ ਤੇ ਲੈ ਕੇ ਆ ਇਹਨਾਂ ਨੇ ਪੈਦਾ ਕਰੇ ਇਹਨਾਂ ਨੇ ਪ੍ਰਾਈਸ ਦਿੱਤੀ ਇਹਨਾਂ ਨੇ ਇਹਨਾਂ ਨੂੰ ਮੌਕਾ ਦਿੱਤਾ ਕੁਮ ਹੰਤਮਾਨ ਜਦੋਂ ਸੱਤਾ ਵਿੱਚ ਨਹੀਂ ਆਏ ਸੀ ਤੇ ਵਾਰ-ਵਾਰੀ ਗੱਲ ਤੁਸੀਂ ਵੀ ਕਹਿੰਦੇ ਰਹੇ ਹੋ ਕਿ ਅਸੀਂ ਵੋਟ ਅਗਲੀ ਵਾਰੀ ਮੰਗਾਗੇ ਨਹੀਂ ਜੇ ਤੁਸੀਂ ਇੱਕ ਵਾਰੀ ਸਾਨੂੰ ਬਣਾਉਂਗੇ ਇਸ ਵਾਰੀ ਸਾਰਾ ਜ਼ੋਰ ਲੱਗਿਆ ਪਿਆ ਆਮ ਆਦਮੀ ਪਾਰਟੀ ਦਾ ਵੀ ਇਹਨਾਂ ਪ੍ਰਚਾਰ ਕਰਨ ਦੀ ਲੋੜ ਕੀ ਪੈਗੀ ਜਿਹੜੀ ਨੱਤ ਪਈ ਐ ਬਸ ਮਾਫੀਆ ਨੂੰ ਕਦੇ ਸੋਚਿਆ ਸੀ ਕਿਸੇ ਨੇ ਬਾਦਲ ਦੀਆਂ ਬਸਾਂ ਹੀ ਬੰਦ ਹੋ ਕੇ ਪ੍ਰਾਈਵੇਟ ਬਸਾਂ ਸਰਕਾਰੀ ਬਸਾਂ ਹੋਤੇ ਲੱਗਣ ਗਿਆ ਕਦੇ ਜਿਹੜਾ ਪੰਜਾਬ ਦਾ ਪੈਸਾ ਇਹਨਾਂ ਲੋਟੂ ਟੋਲਣ ਨੇ ਲੁੱਟਿਆ ਹੈ ਉਹ ਪੰਜਾਬ ਦੇ ਲੋਕਾਂ 'ਚ ਵਾਪਸ ਆਊਗਾ ਅੰਦਰ ਤਾਂ ਜਾਣੀ ਹੁਣ ਜਿਹੜੇ ਹਾਈ ਕੋਰਟ 'ਚ ਦਾਬੇ ਮਾਰਦੇ ਸੀ ਜਾ ਕੇ ਕਹਦੇ ਹਾਈ ਕੋਰਟ ਨੂੰ ਹੁਣ ਹਾਈ ਕੋਰਟ 'ਚ ਕਿਉਂ ਭਾਈਦੇ ਹੁਣ ਡਰ ਲੱਗਣ ਲੱਗਿਆ ਪੰਜਾਬ ਦੇ ਅੰਦਰ ਸਿਆਸੀ ਹਲਚਲ ਹਮੇਸ਼ਾ ਬਣੀ ਰਹਿੰਦੀ ਹੈ ਖਾਸ ਕਰਕੇ ਜਦੋਂ ਚੋਣਾਂ ਦਾ ਮਾਹੌਲ ਹੁੰਦਾ ਹੈ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੀ ਸਰਗਰਮੀਆਂ ਦੇ ਦੌਰਾਨ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਹੈ ਸਾਰੀਆਂ ਸਿਆਸੀ ਪਾਰਟੀਆਂ ਪੱਬਾਂ ਭਾਰ ਨੇ ਖਾਸ ਕਰਕੇ ਵੱਡਾ ਚੈਲੰਜ ਹੈ ਜਿਹੜਾ ਉਹ ਵਿਰੋਧੀ ਧਿਰ ਤੇ ਸੱਤਾ ਧਿਰ ਦੋਮਾਤੇ ਬਣਿਆ ਹੋਇਆ ਹੈ ਕਾਂਗਰਸ ਆਪ ਤੇ ਵਾਰ ਕਰ ਰਹੀ ਹੈ ਔਰ ਆਪ ਕਹਿ ਰਹੀ ਹੈ ਕਿ ਇਸ ਤੋਂ ਪਹਿਲਾਂ ਜੋ ਵਾਸੀ ਕੀਤਾ ਕਿਸੇ ਨੇ ਕਰਕੇ ਨਹੀਂ ਦਿਖਾਇਆ ਤੇ ਹੁਣ ਐਮਪੀ ਕੌਣ ਚੁਣਿਆ ਜਾਏਗਾ ਇਹ ਇੱਕ ਸਵਾਲ ਹੈ ਔਰ ਲੋਕ ਤੈਅ ਕਰਨਗੇ ਪਰ ਇਸ ਮਸਲੇ ਦੇ ਉੱਤੇ ਅਸੀਂ ਗੱਲ ਕਰਾਂਗੇ ਜਲਾਲਾਬਾਦ ਹਲਕੇ ਤੋਂ ਵਿਧਾਇਕ ਚੁਣੇ ਗਏ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਹਰਾਇਆ ਉਪ ਮੁੱਖ ਮੰਤਰੀ ਪੰਜਾਬ ਦੇ ਰਹੇ ਸੁਖਬੀਰ ਸਿੰਘ ਬਾਦਲ ਨੂੰ ਹਰਾਉਣ ਦੇ ਨਾਲ ਉਹਨਾਂ ਦਾ ਸਿਆਸੀ ਕਦਮ ਵੀ ਹੈ ਜਿਹੜਾ ਉਹ ਵੱਡਾ ਹੋਇਆ ਕਿਉਂਕਿ ਉਹਨਾਂ ਨੇ ਚੈਲੰਜ ਕੀਤਾ ਸੀ ਕਿ ਅਸੀਂ ਜਿੱਤਾਂਗੇ ਮੇਰੇ ਨਾਲ ਜਗਦੀਪ ਗੋਲਡੀ ਕੰਬੋਜ ਨੇ ਵਿਧਾਇਕ ਜਿਨ੍ਹਾਂ ਦੀ ਜ਼ਿੰਮੇਵਾਰੀ ਇੱਥੇ ਵੀ ਲਗਾਈ ਗਈ ਹੈ ਲੋਕ ਸਭਾ ਹਲਕੇ ਦੇ ਅੰਦਰ ਚੋਣ ਪ੍ਰਚਾਰ ਤੇ ਸਭ ਤੋਂ ਪਹਿਲਾਂ ਐਮ.ਐਲ.ਏ ਸਾਹਿਬ ਮੈਂ ਹੀ ਜਾਨਣਾ ਚਾਹੁੰਨਾ ਕਿ ਪ੍ਰਚਾਰ ਕਰਦੇ ਦੌਰਾਨ ਸਭ ਤੋਂ ਵੱਡਾ ਚੈਲੰਜ ਜਾਂ ਸਵਾਲ ਕੋਈ ਆ ਰਿਹਾ ਲੋਕਾਂ ਦੇ ਵੱਲੋਂ ਨਾ ਨਾ ਕੋਈ ਚੈਲੰਜ ਨਹੀਂ ਪੰਜਾਬ ਸਰਕਾਰ ਨੇ ਬਹੁਤ ਚੰਗੇ ਕੰਮ ਕਰੇ ਹਨ ਔਰ ਪਹਿਲੀ ਸਰਕਾਰ ਹੈ ਜਿਨੇ 3 ਮਹੀਨਿਆਂ ਚ ਰਿਕਾਰਡ ਤੋੜਨ ਵਾਲੇ ਕੰਮ ਕਰਿਆ ਚਾਹੇ ਉਹ ਪ੍ਰਸ਼ਾਸਨ ਨੂੰ ਨੱਥ ਪਾਉਣਾ ਲਵੇ ਚਾਹੇ ਉਹ ਬਿਜਲੀ ਦਾ ਮੁੱਦਾ ਹੋਵੇ ਚਾਹੇ ਹੋਰ ਕਈ ਮੁੱਦੇ ਹੈ ਜਿਹੜੇ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਫੈਸਲੇ ਲੈ ਗਏ ਇਹ ਦੋਵਦ ਕੀ ਭਾਲਦੇ ਆ ਜਿਹੜੇ ਤਿੰਨ ਮਹੀਨਿਆਂ ਦੀਆਂ ਤੁਸੀਂ ਪ੍ਰਾਪਤੀਆਂ ਆਪਣੇ ਮੂੰਹੋਂ ਦੱਸਦੇ ਆ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੱਸਦੀ ਹੈ ਇਸ ਦੇ ਉੱਤੇ ਸਭ ਤੋਂ ਵੱਧ ਤਿੱਖਾ ਵਾਰ ਰਾਜਾ ਵੜਿੰਗ ਕਰਦੇ ਆ ਕਹਿੰਦੇ ਸਭ ਕੁਝ ਸੂਚੀਆਂ ਵਿੱਚ ਹੈ ਪਰ ਦੂਜੇ ਪਾਸੇ ਲਾਅ ਐਂਡ ਆਰਡਰ ਵਿਗੜ ਗਿਆ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਤੇ ਕੰਮ ਹੋਣਾ ਬਾਕੀ ਸੀ ਹੋਇਆ ਨਹੀਂ ਹੈ ਇਹ ਸਾਰਾ ਕੁਝ ਝੂਠਾ ਪ੍ਰਚਾਰ ਇਸ਼ਤਿਹਾਰबाजी ਤੇ ਕਰੋੜਾਂ ਰੁਪਏ ਲਾਤੇ ਆ ਆਮ ਆਦਮੀ ਪਾਰਟੀ ਨੇ ਨਹੀਂ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ 5 ਸਾਲ ਤੁਸੀਂ ਕੀ ਕਰਿਆ ਅਸੀਂ ਤਾਂ ਤਿੰਨ ਮਹੀਨੇ 'ਚ ਬਹੁਤ ਕੁਝ ਕਰਤਾ ਇਹ ਦੋ ਤਿੰਨ ਮਹੀਨੇ ਤਾਂ ਸਮਝਤੇ ਨਹੀਂ ਆਉਂਦੇ ਇਹ ਸਰਕਾਰ ਦੇ ਤੇ ਤਿੰਨ ਮਹੀਨਿਆਂ ਚ ਐਡੇ ਵੱਡੇ ਫੈਸਲੇ ਲੈਣੇ ਇਹਨਾਂ ਤੋਂ ਪੰਜ ਸਾਲਾਂ ਚ ਮੁਆਵਜ਼ਾ ਦਿੱਤਾ ਨਹੀਂ ਗਿਆ ਪਹਿਲੇ ਹਫ਼ਤੇ ਮੁਆਵਜ਼ਾ ਦਿੱਤਾ 100 101 ਕਰੋੜ ਰੁਪਈਆ ਦਿੱਤਾ ਝੂਠ ਤਾਂ ਨਹੀਂ ਬੋਲੇ ਉਹਦੇ ਚ ਕੋਹਲਾ ਤਾਂ ਨਹੀਂ ਫਿਰ ਉਦੋਂ ਬਾਅਦ ਤੁਸੀਂ ਬਿਜਲੀ ਦਾ ਮੁੱਦਾ ਵੀ 1 ਜੁਲਾਈ ਤੋਂ ਬਿਜਲੀ ਮਾਫ ਹੋ ਜਾਏਗੀ ਹੁਣ ਟਾਈਮ ਬਾਉਂਡ ਤਾਂ ਲੱਗਣਾ ਹੀ ਹੈ ਅਸੀਂ ਤਾਂ 1 ਅਕਤੂਬਰ ਤੋਂ ਕਹਿਤਾ ਵੀ ਰੈਸ਼ਨ ਵੀ ਘਰੇ ਘਰੇ ਪਚਾਵਾਂਗੇ ਇਹ ਕਿਦਾਂ ਕਿਵੇਂ ਪੋਸੀਬਲ ਹੈ 6 ਮਹੀਨੇ ਪਹਿਲਾਂ ਉਹਦੀ ਤਿਆਰੀ ਕਰਾਂਗੇ ਤਾਂ ਹੀ ਪੋਸੀਬਲ ਹੈ ਇਹ ਕਰ ਦਿੰਦੇ ਫੈਸਲੇ ਹੁਣ ਜੇ ਇਹਨਾਂ ਤੋਂ ਤਾਂ ਕਦੇ ਹੋਇਆ ਨਹੀਂ ਜਿਹੜੀ ਨੱਤ ਪਈ ਐ ਬਸ ਮਾਫੀਆ ਨੂੰ ਕਦੇ ਸੋਚਿਆ ਸੀ ਕਿਸੇ ਨੇ ਬਾਦਲ ਦੀਆਂ ਬੱਸਾਂ ਹੀ ਬੰਦ ਹੋ ਕੇ ਪ੍ਰਾਈਵੇਟ ਬੱਸਾਂ ਸਰਕਾਰੀ ਬੱਸਾਂ ਵੀ ਉੱਤੇ ਲੱਗਣਗੀਆਂ ਕਦੇ ਸੋ ਇਹ ਕਹਿਣਾ ਬਹੁਤ ਸੌਖਾ ਹੈ ਕਰਨਾ ਬਹੁਤ ਔਖਾ ਹੈ ਜਦੋਂ ਰਾਜਾ ਜੀ ਮੈਨੂੰ ਯਾਦ ਹੈ ਪਿਛਲੀ ਵਾਰੀ ਟ੍ਰਾਂਸਪੋਰਟ ਮੰਤਰੀ ਬਣੇ ਸੀ ਤਾਂ ਕਹਿੰਦੇ ਸੀ ਡਿਪਾਰਟਮੈਂਟ 'ਚ ਬੜੀਆਂ ਕਮੀਆਂ ਰਹਿ ਗਈਆਂ ਬਾਦਲ ਪਰਿਵਾਰਾਂ ਦੇ ਨਾਂ ਰਲ ਕੇ ਇਹਨਾਂ ਨੇ ਕਰੋਨਾ 'ਚ ਬੜਾ ਉਹਨਾਂ ਦਾ ਮਾਫ ਕਰਤਾ ਤੇ ਕੀ ਇਹਨਾਂ ਨੇ ਉਹਦੇ ਉਲਟ ਕਾਰਵਾਈ ਕੀਤੀ ਜਿਹੜੇ ਪਹਿਲਾਂ ਟ੍ਰਾਂਸਪੋਰਟ ਮਿਨਿਸਟਰ ਸੀ ਏ ਇਕੋ ਮੇ ਕੋਹ ਰਲ ਕੇ ਖੇਡਦੇ ਫਿਰਦੇ ਆ ਸੁਸ਼ੇਸ ਕਰਕੇ ਟ੍ਰਾਂਸਪੋਰਟ ਵਾਲੇ ਮਸਲੇ ਤੇ ਰਾਜਾ ਵੜਿੰਗ ਵੀ ਕਹਿੰਦੇ ਆ ਕਿ 2018 ਦੇ ਵਿੱਚ ਕੇਜਰੀਵਾਲ ਸਾਹਿਬ ਨੇ ਆਪ ਹੀ ਬੱਸਾਂ ਬੰਦ ਕਰਤੀਆਂ 에ਰਪੋਰਟ ਨੂੰ ਜਾਣ ਵਾਲੀਆਂ ਆਪ ਹੀ ਹੁਣ ਫੈਸਲਾ ਲੈ ਕੇ ਤੇ ਬਦਲ ਦਿੱਤਾ ਹੁਣ ਫੇਰ ਸ਼ੁਰੂ ਕਰਤੀਆਂ ਸਾਡੀ ਵਾਰੀ ਅਸੀਂ ਚਿੱਠੀਆਂ ਪਾਈਆਂ ਕਿੰਨੇ ਗੇੜੇ ਮਾਰੇ ਮੰਨ ਹੀ ਨਹੀਂ 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 ਰਾਜਾ ਵੜਿੰਗ ਜੀ ਨੂੰ ਪੁੱਛੋ ਵੀ ਜਿਹੜੀਆਂ ਬੱਸਾਂ ਚੈੱਕ ਕਰਦੇ ਸੀ ਉਹ ਦਿੱਲੀ ਉੱਡ ਕੇ ਜਾਂਦੀਆਂ ਸੀ ਸੜਕ ਤੇ ਜਾਂਦੀਆਂ ਸੀ ਦਿੱਲੀ ਚ ਹੋ ਕੇ ਜਾਂਦੀਆਂ ਬੰਦ ਕਿਵੇਂ ਕਰਦੀਆਂ ਪਤਾ ਨਹੀਂ ਕਿਹੜੀਆਂ ਗੱਲਾਂ ਖਰਦੇ ਮੈਂ ਤਾਂ ਹੈਰਾਨ ਆ ਕਾਂਗਰਸੀਆਂ ਨੂੰ ਪਰ ਵੇਖੋ ਚਲੋ ਜਿਹੜੇ ਹਾਲਾਤ ਇਹਨਾਂ ਦੇ ਪੈਦਾ ਗਏ ਹੋ ਜੀ ਸਮਿਕਨਾ ਆਪੇ ਬਣ ਜਾਂਦੇ ਆ ਸੋ ਪੰਜਾਬ ਦੇ ਲੋਕ ਤਿਆਰ ਹੈ ਇੱਕ ਵਾਰੀ ਫੇਰ ਬਦਲਾਵ ਲਿਆਉਣਾਸਤੇ ਕਿਉਂਕਿ ਪਿਛਲੇ 3 ਮਹੀਨਿਆਂ ਚ ਜੋ ਉਹਨਾਂ ਨੇ ਕੰਮ ਵੇਖਿਆ ਨਾਲੇ ਉਹਨਾਂ ਨੇ MP ਬਣਾਇਆ ਜੀ ਕਦੇ ਕਿਸੇ ਨੂੰ MP ਦਾ ਮਤਲਬ ਪਤਾ ਨਹੀਂ ਹੁੰਦਾ ਸੀ ਦਿੱਲੀ ਦੇ ਵਿੱਚ ਜਾ ਕੇ ਭਗਵੰਤ ਮਾਨ ਜੀ ਨੇ ਮੋਦੀ ਨੂੰ ਨੱਥ ਪਾ ਕੇ ਰੱਖੀ ਸੋ ਹੁਣ ਸਾਡਾ ਭਰਾ ਗੁਰਮੇਲ ਸਿੰਘ ਰਾਚੋ ਉਸੇ ਪੂਰਨਿਆ ਤੇ ਚੱਲੂਗਾ ਵਾਹਿਗੁਰੂ ਕਿਰਪਾ ਕਰੇ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੂੰ ਤੁਸੀਂ ਵਿਧਾਨ ਸਭਾ ਦੇ ਇਲੈਕਸ਼ਨ 'ਚ ਤਾਂ ਹਰਾਤਾ ਉਹ ਵੀ ਹੁਣ ਐਮਪੀ ਨੇ ਪਾਰਲੀਮੈਂਟ 'ਚ ਜਾਂਦੇ ਨੇ ਪਰ ਫਿਰ ਵੀ ਕਹਿੰਦੇ ਜੇ ਬੰਦੀ ਸਿੰਘਾਂ ਦੀ ਰਿਹਾਈ ਕਰਉਣੀ ਹੈ ਤੇ ਸਾਨੂੰ ਉਮੀਦਵਾਰ ਐਸਾ ਚੁਣਨਾ ਪੈਣਾ ਸਿਮਰਨਜੀਤ ਸਿੰਘ ਮਾਨ ਹਾਲਾਂਕਿ ਉਹਨਾਂ ਦੀ ਗੱਲ ਨਹੀਂ ਬਣੀ ਦੋਵੇਂ ਇਸ ਮੁੱਦੇ ਦੇ ਉੱਤੇ ਕਹਿੰਦੇ ਆ ਕਿ ਇਹ ਜੀ ਕੋਈ ਹੱਲ ਕਰ ਸਕਦਾ ਹੈ ਤੇ ਅਸੀਂ ਕਰ ਸਕਦੇ ਹਾਂ ਦੂਜਾ ਕੋਈ ਨਹੀਂ ਨਾਲ ਨਾਲ ਤੁਹਾਡੇ ਤੇ ਇਲਜ਼ਾਮ ਲੱਗਦਾ ਹੈ ਪਾਰਟੀ ਦੇ ਉੱਤੇ ਸਰਕਾਰ ਦੇ ਉੱਤੇ ਕਿ ਗੈਂਗਵਾਰ ਬਣ ਗਿਆ ਪੰਜਾਬ ਇਸ ਤਰ੍ਹਾਂ ਦਾ ਮਾਹੌਲ ਪਹਿਲਾਂ ਨਹੀਂ ਸੀ ਸੁਖਵੀਰ ਸਿੰਘ ਬਾਦਲ ਦੇ ਸ਼ਬਦ ਨੇ ਪਹਿਲੀ ਗੱਲ ਤਾਂ ਦੇਖੋ ਵੀ ਦੋਵੇਂ ਜੀ ਐਮਪੀ ਐ ਇਹਨਾਂ ਤੋਂ ਕੀ ਹੋਇਆ ਬੰਦੀ ਸਿੱਖਾ ਉਸ ਸਾਰੀ ਜ਼ਿੰਦਗੀ ਪੰਥ ਦੇ ਨਾਂ ਤੇ ਰਾਜਨੀਤੀ ਕੀਤੀ ਐ ਠੱਗ ਪਰਿਵਾਰ ਨੇ ਕਦੇ ਕੁਝ ਕਰਿਆ ਦੂਜੀ ਗੱਲ ਜਿਹੜੇ ਗੈਂਗਵਾਰ ਦੀ ਗੱਲ ਕਰਦੇ ਇਹ ਲੈ ਕੇ ਆ ਸੀ ਇਹ ਇਹੀ ਤਾਂ ਲੈ ਕੇ ਆ ਇਹਨਾਂ ਨੇ ਪੈਦਾ ਕਰੇ ਇਹਨਾਂ ਨੇ ਪ라이ਸ ਦਿੱਤੀ ਇਹਨਾਂ ਨੇ ਇਹਨਾਂ ਨੂੰ ਮੌਕਾ ਦਿੱਤਾ ਅਜਿਹਾ ਨੱਥ ਪਉਣ ਲੱਗਿਆ ਕਦੇ ਅਜੇ ਤੱਕ ਹੋਇਆ ਸੀ ਦੂਜੀ ਸਟੇਟ ਤੋਂ ਕੋ ਗੈਂਗਸਟਰ ਵਾਪਸ ਆਇਆ ਹੋਵੇ ਪੰਜਾਬ ਸਰਕਾਰ ਐ ਭਗਵੰਤ ਮਾਨ ਜੀ ਦੀ ਸਰਕਾਰ ਐ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਐ ਵੇਖੋ ਰੋਜ਼ ਖਬਰਾਂ ਚ ਤੁਸੀਂ ਚਲਾਉਂਦੇ ਹੋ ਵੀ ਅੱਜ ਉਹਨੇ ਫਲਾਣੀ ਗੱਲ ਦੱਸਤੀ ਫਲਾਣੀ ਗੱਲ ਦੱਸਤੀ ਕਦੇ ਅਜੇ ਤੱਕ ਸੁਣਿਆ ਸੀ ਕੋਈ ਗੈਂਗਸਟਰ ਨੂੰ ਲੈ ਕੇ ਆਵੇ ਕਮਾਲ ਹੋ ਗਈ ਲਾਉਣ ਆਰਡਰ ਵਿਗਾੜਦੇ ਆ ਅਸੀਂ ਤਾਂ ਕੰਟਰੋਲ ਕਰਨ ਲੱਗੇ ਕੋਈ ਬਰਦਾਸ਼ਤ ਨਹੀਂ ਹੋਊਗਾ ਚਾਹੇ ਕੋਈ ਆਪਦਾ ਹੋਵੇ ਚਾਹੇ ਕੋਈ ਬਗਾਨਾ ਜਿਵੇਂ ਤੁਸੀਂ ਕਹਿ ਕੇ ਵਿਗਾੜਿਆ ਉਹਨਾਂ ਨੇ ਸਵਾਰ ਅਸੀਂ ਰਹੇ ਹਾਂ ਸਾਰਾ ਕੁਝ ਠੀਕ ਅਸੀਂ ਕਰ ਰਹੇ ਹਾਂ ਪਰ ਇਹ ਤੌਮਤਬਾਈ ਤੱਕ ਤੋਂ ਅਗਲੀ ਗੱਲ ਤੁਸੀਂ ਕੀ ਸਮਝਦੇ ਹੋ ਇੱਕ ਵਿਧਾਇਕ ਹੋਣ ਦੇ ਨਾਤੇ ਕਿ ਤੁਸੀਂ ਕਹਿੰਦੇ ਉਹਨਾਂ ਨੇ ਪੈਦਾ ਕੀਤੇ ਉਹ ਕਹਿੰਦੇ ਇਹਨਾਂ ਤੋਂ ਨਹੀਂ ਸੰਭਲ ਰਿਹਾ ਇਸ ਤੋਂ ਅਗਲੀ ਗੱਲ ਕੀ ਸਮਝਦੇ ਹੋ ਇਸ ਤੇ ਪਿੱਛੇ ਕੀ ਪਿਆ ਵੇਖੋ ਪੰਜਾਬ ਸਰਕਾਰ ਦਾ ਜੋ ਕੰਮ ਹੈ ਹਰ ਚੀਜ਼ ਨੂੰ ਕੰਟਰੋਲ ਕਰਨਾ ਜਿਹੜੇ ਗੈਂਗਸਟਰ ਹੈ ਜਾਂ ਤਾਂ ਦਾ ਕੋਈ ਹੋਰ ਹਲਕਾ ਸਟੇਟ ਲਬਲਨ ਪੰਜਾਬ ਚ ਤਾਂ ਉਹਨਾਂ ਇਹਨਾਂ ਦੀ ਮਰਜ਼ੀ ਚੱਲ ਨਹੀਂਨੀ ਹੂੰ ਕਿਉਂਕਿ ਨਾ ਅਸੀਂ ਪੈਦਾ ਕਰੇ ਨਾ ਅਸੀਂ ਰੱਖਣੇ ਪੰਜਾਬ ਨੂੰ ਸੁਰੱਖਿਅਤ ਰੱਖਣਾ ਸਾਡਾ ਫਰਜ਼ ਬੰਦਾ ਸੋ ਸਰਕਾਰ ਆਪਦੇ ਪੂਰੇ ਕੰਮ ਕਰੀ ਜਾਂਦੀ ਹੈ ਜੋ ਸਾਡੀ ਡਿਊਟੀ ਬੰਦੀ ਹੈ ਤਿੰਨ ਮਹੀਨਿਆਂ ਦਾ ਸਮਾਂ ਬਹੁਤਾ ਨਹੀਂ ਹੁੰਦਾ ਪਿੰਡਾਂ ਵਿੱਚ ਅਸੀਂ ਵੀ ਗਏ ਸੱਥਾਂ ਦੇ ਵਿੱਚ ਕੁਝ ਲੋਕ ਇਹ ਕਹਿੰਦੇ ਆ ਕਿ ਸਮਾਂ ਜ਼ਿਆਦਾ ਨਹੀਂ ਹੈ ਕੁਝ ਕਹਿੰਦੇ ਆ ਕਿ ਇੰਨਾ ਸਮਾਂ ਵੀ ਘੱਟ ਨਹੀਂ ਹੈ ਕਿ ਕੁਝ ਹੋ ਨਹੀਂ ਸਕਦਾ ਸੀ ਕੁਝ ਪ੍ਰਾਪਤੀਆਂ ਤੁਸੀਂ ਗਣਾਈਆਂ ਪਰ ਇਸ ਦੇ ਉੱਤੇ ਭਗਵੰਤ ਮਾਨ ਜਦੋਂ ਸੱਤਾ ਵਿੱਚ ਨਹੀਂ ਆਏ ਸੀ ਤੇ ਵਾਰ-ਵਾਰੀ ਗੱਲ ਤੁਸੀਂ ਵੀ ਕਹਿੰਦੇ ਰਹੇ ਹੋ ਕਿ ਅਸੀਂ ਵੋਟ ਅਗਲੀ ਵਾਰੀ ਮੰਗਾਗੇ ਨਹੀਂ ਜੇ ਤੁਸੀਂ ਇੱਕ ਵਾਰੀ ਸਾਨੂੰ ਬਣਾਉਂਗੇ ਇਸ ਵਾਰੀ ਸਾਰਾ ਜ਼ੋਰ ਲੱਗਿਆ ਪਿਆ ਆਮ ਆਦਮੀ ਪਾਰਟੀ ਦਾ ਵੀ ਇੰਨਾ ਪ੍ਰਚਾਰ ਕਰਨ ਦੀ ਲੋੜ ਕੀ ਪੈਗੀ ਨਹੀਂ ਨਹੀਂ ਪ੍ਰਚਾਰ ਦੱਸੋ ਕੀ ਵੱਖਰਾ ਪ੍ਰਚਾਰ ਹੈ ਨਾਰਮਲ ਪ੍ਰਚਾਰ ਹੈ ਕੋਈ ਦੱਸੋ ਕੋਈ ਰੈਲੀਆਂ ਵੱਡਾ ਕੁਝ ਹੋਇਆ ਕੁਝ ਹੋਰ ਹੋਇਆ ਤਾਂ ਦੱਸੋ ਨਾਰਮਲ ਪ੍ਰਚਾਰ ਹੁਣ ਸਾਡੇ ਲੀਡਰ ਨੇ ਤਾਂ ਸਾਡੇ ਪਬਲਿਕ ਕੋਲ ਵੇਖੋ ਮਾਨ ਸਰ ਐਮਪੀ ਰਹੀ ਹੈ ਉਹਨਾਂ ਦਾ ਮੁੱਖ ਮੰਤਰੀ ਅਗਲਾ ਹੱਦ ਹਲਕੇ ਚ ਹੀ ਨਾ ਆਵੇ ਹੁਣ ਇਹਨਾਂ ਦੇ ਤਾਂ ਲੀਡਰ ਭੱਜ-ਭੱਜ ਕੇ ਦੂਜੀਆਂ ਪਾਰਟੀਆਂ ਦੇ ਸਾਡੇ ਤਾਂ ਉੱਥੇ ਹੀ ਖੜੇ ਹੈ ਸੋ ਪੰਜਾਬ ਦੇ ਲੋਕਾਂ ਨੂੰ ਪੂਰਨ ਵਿਸ਼ਵਾਸ ਹੈ ਚਿੰਤਾ ਨਾ ਕਰੋ ਅਗਿਨਰ ਰਿਕਾਰਡ ਤੋੜ ਜਿੱਤੋਗੀ ਸਮਾਂ ਥੋੜੇ ਦਿਨ ਰਹਿ ਗਏ ਹਫਤੇ ਪਤਾ ਲੱਗੂ ਸਾਲੂ ਵੀ ਇਹ ਪਤਾ ਲੱਗਿਆ ਸੂਤਰਾਂ ਦੇ ਹਵਾਲੇ ਤੋਂ ਕਿ ਕਈ ਮੰਤਰੀ ਤਾਂ ਸਾਬਕਾ ਤੁਸੀਂ ਕਾਰਵਾਈ ਚ ਪਾ ਦਿੱਤੇ ਆ ਕਈਆਂ ਦੀਆਂ ਗ੍ਰਿਫਤਾਰੀਆਂ ਹੋ ਗਈਆਂ ਕਈਆਂ ਦੇ ਵਿਜੀਲੈਂਸ ਦੀ ਜਾਂਚ ਜਾਰੀ ਹੈ ਇੱਕ ਵਿਧਾਇਕ ਵੀ ਜਗਿੰਦਰਪਾਲ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਮਾਈਨਿੰਗ ਦੇ ਮਸਲੇ 'ਚ ਹੋਰ ਕਿਹੜੇ ਕਿਹੜੇ ਮੰਤਰੀ ਤੇ ਵਿਧਾਇਕ ਨਿਸ਼ਾਨੇ ਤੇ ਨਹੀਂ ਹੁਣ ਵੇਖੋ ਇਹ ਮਾਈਨਿੰਗ ਕਰਾਉਂਦੇ ਸੀ ਅਸੀਂ ਰੋਕਦੇ ਆ ਤਾਂ ਇਹਨਾਂ ਨੂੰ ਚੁੱਭਦੇ ਆ ਸੋ ਜਿਨ੍ਹਾਂ ਨੇ ਮਾਲ ਖਾਦਾ ਹੈ ਪੰਜਾਬ ਦਾ ਜਾਂ ਜਿਨ੍ਹਾਂ ਨੇ ਕਰਪਸ਼ਨ ਕਰੀ ਹੈ ਹੁਣ ਸਜ਼ਾ ਦਾ ਭੁਗਤ ਨਹੀਂ ਪਾਣੀ ਹੁਣ ਉਹ ਸਰਕਾਰਾਂ ਰਹੀਆਂ ਨਹੀਂ ਜਿਵੇਂ ਲੋਕਾਂ ਨੇ ਫਰੀਜ ਸਰਕਾਰ ਬਣਾਈਏ ਤੇ ਫਰੀਜ ਹੀ ਕੰਮ ਕਰੂਗੀ ਜਿਹੜਾ ਪੰਜਾਬ ਦਾ ਪੈਸਾ ਇਹਨਾਂ ਲੁੱਟੂ ਟੋਲਣ ਨੇ ਲੁੱਟਿਆ ਹੈ ਉਹ ਪੰਜਾਬ ਦੇ ਲੋਕਾਂ 'ਚ ਵਾਪਸ ਆਊਗਾ ਅੰਦਰ ਤਾਂ ਜਾਣੇ ਹੁਣ ਜਿਹੜੇ ਹਾਈ ਕੋਰਟ 'ਚ ਦਾਬੇ ਮਾਰਦੇ ਸੀ ਜਾ ਕੇ ਕਹਦੇ ਹਾਈ ਕੋਰਟ ਨੂੰ ਹੁਣ ਹਾਈ ਕੋਰਟ 'ਚ ਕਿਉਂ ਭਾਈਦੇ ਹੁਣ ਡਰ ਲੱਗਣ ਲੱਗਿਆ ਅੱਜ ਕਮਾਲ ਹੋ ਗਈ ਸਮਾਂ ਵੇਖੋ ਨਾ ਕੁਦਰਤ ਇਹਨੂੰ ਕਹਿੰਦੇ ਬਦਲ ਜਾਂਦੀ ਹੈ ਜਦੋਂ ਤੁਹਾਡੇ 'ਚ ਤਾਕਤ ਸੀ ਲੋਕਾਂ ਨੂੰ ਤੁਸੀਂ ਬੰਦੇ ਨਹੀਂ ਸਮਝਦੇ ਸੀ ਪਰ ਆ ਜੋ ਹੀ ਹਾਈ ਕੋਰਟ ਦੀ ਤੁਹਾਨੂੰ ਲੋੜ ਪੈ ਗਈ ਹੈ ਜੇ ਤੁਸੀਂ ਐਡੇ ਹੀ ਕਲੀਅਰ ਹੋ ਤੁਹਾਨੂੰ ਜਾਣ ਦੀ ਕੀ ਲੋੜ ਹੈ ਸ਼ਰਮ ਕਾਓ ਵੀ ਕਰੋ ਇਨਕੁਆਰੀ ਤੁਹਾਡੇ ਜੇ ਦਾਮ ਹੈ ਤਾਂ ਕੋਈ ਚੋਰ ਕਰ ਰਿਹਾ ਹੈ ਤਾਂ ਸਾਨੂੰ ਦੱਸੋ ਪਰ ਵੇਖੋ ਵੇਟ ਐਂਡ ਵਾਚ ਬਹੁਤ ਕੁਝ ਹੋਣਾ ਲਾ ਜੀ ਇੱਕ ਸਵਾਲ ਮੇਰਾ ਤੁਹਾਡੇ ਹਲਕੇ ਨਾਲ ਜੁੜਿਆ ਹੋਇਆ ਬਾਰਡਰ ਪੱਟੀ ਤੇ ਪੈਂਦਾ ਕਿਸਾਨਾਂ ਦੀਆਂ ਸਮੱਸਿਆਵਾਂ ਨੇ ਤੁਹਾਡੇ ਕੋਲ ਕਈ ਵਾਰ ਆਏ ਵੀ ਹੋਣੇ ਆ ਕਿ ਸਾਨੂੰ ਮੁਆਵਜ਼ਾ ਤੱਕ ਨਹੀਂ ਮਿਲਦਾ ਕੰਡੇਆਲੀ ਤਾਰ ਤੋਂ ਪਾਰ ਜਿਹੜੇ ਕਿਸਾਨ ਜਾਂਦੇ ਆ ਉਹ ਮੁਆਵਜ਼ੇ ਦੀ ਰਾਸ਼ੀ ਕਦੋਂ ਤੱਕ ਰਿਲੀਜ਼ ਹੋਣ ਦੀ ਸੰਭਾਵਨਾ ਹੈ ਉਹ ਕਿੱਥੇ ਤੱਕ ਗੱਲ ਪਹੁੰਚੀ ਹੈ ਨਹੀਂ ਮੁਆਵਜ਼ਾ ਆਪ ਦੋ ਮਾਨਸਾ ਦਾ ਮੁਕਸ਼ਰਦਾ ਹੋ ਗਿਆ ਜੀ ਫਾਜ਼ਿਲਕਾ ਦਾ ਮਹਾਵਜ਼ਾ ਪੈਂਡਿੰਗ ਪਿਆ ਬੜੀ ਜਲਦੀ ਹੋ ਰਿਲੀਜ਼ ਹੋ ਜਾਏਗਾ ਉਹਦੇ ਚ ਇਹਨਾਂ ਨੇ ਪਿਛਲੀ ਸਰਕਾਰ ਨੇ ਕੀ ਕਰਿਆ ਜਦੋਂ ਬਾਰਿਸ਼ ਹੋਈ ਤਾਂ ਪਾਣੀ ਨਾਲ ਫਸਲ ਸਾਰੀ ਖਰਾਬ ਹੋ ਗਈ ਜੀ ਇਹਨਾਂ ਨੇ ਪਹਿਲਾਂ 88 ਕਰੋੜ ਦੀ ਉਹਦੀ ਬਣਾ ਕੇ ਭੇਜਤੀ ਹਮ ਰਿਪੋਰਟ ਬਣਾ ਕੇ ਜੀ ਪਰ ਜਦੋਂ ਇਹਨਾਂ ਦੀ ਸਰਕਾਰ ਨੇ ਓਬਜੈਕਸ਼ਨ ਕਰਤੀ ਫਿਰ ਇਹਨਾਂ ਨੇ 43.43 ਕਰੋੜ ਦੇ ਓਬਜੈਕਸ਼ਨ ਲਾ ਕੇ ਭੇਜੀ ਤੀ ਹਮ ਉਹਦੇ ਤੇ ਵੀ ਇਹਨਾਂ ਦੀ ਸਰਕਾਰ ਚ ਓਬਜੈਕਸ਼ਨ ਹੋਈ ਸਾਡੀ ਸਰਕਾਰ ਤੋਂ ਦੀ ਇਨਕੁਆਇਰੀ ਕਰਕੇ ਜੋ ਜੈਨੂਨ ਹੋਊਗਾ ਮਿਲੇਗਾ ਕਿਸੇ ਦੀ ਸਪਾਰਸ਼ ਨਹੀਂ ਮਿਲੇਗਾ ਉਸ ਗੱਲ ਆ ਸਰਕਾਰ ਨੂੰ ਚੂਨਾ ਨਹੀਂ ਲਗਣਾ ਚਾਹੀਦਾ ਤੇ ਲੋਕਾਂ ਨੂੰ ਮੁਆਵਜ਼ਾ ਵੀ ਉਹਨਾਂ ਦਾ ਮਿਲਣਾ ਚਾਹੀਦਾ ਜਿਹੜੇ ਕੰਮ ਹੋ ਗਏ ਉਹ ਠੀਕ ਹੈ ਤੁਸੀਂ ਰਿਪੋਰਟ ਕਾਰਡ ਆਪਣਾ ਜਾਰੀ ਕਰ ਰਹੇ ਹੋ ਇਹਨਾਂ ਚੋਣ ਪ੍ਰਚਾਰ ਦੌਰਾਨ ਅਗਲਾ ਨਿਸ਼ਾਨਾ ਕਿਹੜਾ ਹੈ ਕਿਹੜੇ ਮੁੱਦੇ ਤੇ ਖਾਸ ਕਰਕੇ ਬੀਬੀਆਂ ਵੀ ਢੀਕ ਰੀਆਂ ਕਿ 1000000 ਖਾਤੇ ਚਾਊਗਾ ਸਾਡੇ ਹੋਰ ਵੀ ਬੜੇ ਮਸਲੇ ਆ ਦੇਖੋ ਥੋੜਾ ਸਮਾਂ ਲੱਗੂਗਾ 1000 ਰੁਪਏ ਵੀ ਮਿਲੂਗਾ ਤੇ ਪੰਜਾਬ ਪੁਰਾਣੇ ਰਾਹਾਂ ਤੇ ਚੱਲੂਗਾ ਜਿਹੜੀ ਪੰਜਾਬ ਦੀ ਸਹੀ ਰੂਟ ਸੀ ਜੋ ਲੋਕ ਚਾਹੁੰਦੇ ਸੀ ਸਾਡਾ ਸੋਨੇ ਦੀ ਚਿੜੀ ਆ ਪੰਜਾਬ ਵਾਹਿਗੁਰੂ ਕਿਰਪਾ ਕਰੇਗਾ ਆਮ ਆਦੀ ਪਾਰਟੀ ਉਹਨਾਂ ਦੀ ਪੂਰੀ ਉਪੂਰਨਿਆ ਤੇ ਚੱਲੂਗੀ ਜੋ ਜੋ ਉਹਨਾਂ ਦੀ ਡਿਮਾਂਡਸ ਤੁਸੀਂ ਸਾਡੇ ਨਾਲ ਗੱਲ ਕੀਤੀ ਹੈ ਜੀ ਸ਼ੁਕਰੀਆ ਥੈਂਕ ਯੂ ਜੀ ਇਸਨ ਸਾਡੇ ਨਾਲ ਵਿਧਾਇਕ ਜਗਦੀਪ ਗੋਲਡੀ ਕੰਬੋ ਜਲਾਲਾਬਾਦ ਤੋਂ ਔਰ ਸੰਗਰੂਰ ਹਲਕਾ ਦੇ ਵਿੱਚ ਚੋਣ ਪ੍ਰਚਾਰ ਜਾਰੀ ਹੈ ਔਰ ਉਹਨਾਂ ਨੇ ਜੋ ਗੱਲਾਂ ਕਹੀਆਂ ਨੇ ਤੁਸੀਂ ਸਹਿਮਤ ਹੋ ਜਾਂ ਨਹੀਂ ਸਹਿਮਤ ਇਸ ਬਾਰੇ ਆਪਣੀ رائے ਵੀ ਸਾਂਝੀ ਕਰ ਸਕਦੇ ਹੋ ਪਰ ਉਹਨਾਂ ਨੇ ਇੱਕ ਗੱਲ ਦਾ ਦਾਵਾ ਜ਼ਰੂਰ ਕੀਤਾ ਹੈ ਕਿ ਵਿਰੋਧੀਆਂ ਦੇ ਜੋ ਸਵਾਲ ਉਠਾਏ ਜਾ ਰਹੇ ਨੇ ਉਹ ਬੇਬੁਨਿਆਦ ਨਹੀਂ ਔਰ ਸਰਕਾਰ ਆਪਣਾ ਕੰਮ ਕਰ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਲੋਕ ਕੀ ਤੈਅ ਕਰਦੇ ਨੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবিসি ਪੰਜਾਬ ਸੰਗਰੂਰ